ਵਾਪਰ ਗਿਆ ਦੁਰਘਟਨਾ ਹੋ ਗਈ ਅਤੇ ਇਹਦਾ ਜਿਹੜਾ ਜ਼ਿੰਮੇਵਾਰ ਹੈ ਜ਼ਿਲ੍ਹਾ ਟਰਾਂਸਪੋਰਟ ਅਫਸਰ ਹੁਸ਼ਿਆਰਪੁਰ ਅਤੇ ਵਿਧਾਇਕ ਜਿਹੜਾ ਉਹ ਜ਼ਿੰਮੇਵਾਰ ਹੋਣਗੇ। ਅਤੇ ਇਸ ਲਈ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਹ ਜਿਹੜੇ ਸਟੂਡੈਂਟ ਸਕੂਲ ਨੂੰ ਜਾਂਦੇ ਨੇ ਇਹਨਾਂ ਦੇ ਲਈ ਇਸ ਟਾਈਮ 'ਤੇ ਜਿਹੜੀ ਹੈ ਸਰਕਾਰੀ ਬੱਸ ਲਗਾਈ ਜਾਵੇ। ਇਹ ਬੱਸ ਦੀ ਜਿਹੜੀ ਓਵਰਲੋਡ ਬੜੀ ਓਵਰ ਸਪੀਡ ਨਾਲ ਬੱਸ ਚੱਲ ਰਹੀ ਹੈ ਜਿਹਨੂੰ ਕਵਰਿੰਗ ਕਰਨਾ ਵੀ ਬੜਾ ਔਖਾ ਹੋਇਆ ਹੈ। ਇਹਦਾ ਅਸੀਂ ਸਕੂਟਰ 'ਤੇ ਪਿੱਛਾ ਵੀ ਨਹੀਂ ਕਰ ਸਕਦੇ ਕਰ ਰਹੇ ਇੰਨੀ ਸਪੀਡ ਨਾਲ ਇਹ ਜਿਹੜੀ ਬੱਸ ਜਾਂਦੀ ਹੈ ਇਹਦਾ ਕਿਸੇ ਵੇਲੇ ਵੀ ਜਿਹੜਾ ਹਾਦਸਾ ਵਾਪਰ ਸਕਦਾ ਹੈ। ਅਤੇ ਇਹਦੀ 80 ਦੀ ਕਿੰਨੀ ਸਪੀਡ ਹੋਊਗੀ ਜੇ ਇਹ ਹਾਦਸਾ ਵਾਪਰ ਗਿਆ ਦੁਰਘਟਨਾ ਹੋ ਗਈ ਅਤੇ ਇਹਦਾ ਜਿਹੜਾ ਜ਼ਿੰਮੇਵਾਰ ਹੈ ਜ਼ਿਲ੍ਹਾ ਟਰਾਂਸਪੋਰਟ ਅਫਸਰ ਹੁਸ਼ਿਆਰਪੁਰ ਅਤੇ ਵਿਧਾਇਕ ਜਿਹੜਾ ਉਹ ਜ਼ਿੰਮੇਵਾਰ ਹੋਣਗੇ। ਅਤੇ ਇਸ ਲਈ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਹ ਜਿਹੜੇ ਸਟੂਡੈਂਟ ਸਕੂਲ ਨੂੰ ਜਾਂਦੇ ਨੇ ਇਹਨਾਂ ਦੇ ਲਈ ਇਸ ਟਾਈਮ 'ਤੇ ਜਿਹੜੀ ਹੈ ਸਰਕਾਰੀ ਬੱਸ ਲਗਾਈ ਜਾਵੇ। ਇਹ ਬੱਸ ਦੀ ਜਿਹੜੀ ਓਵਰਲੋਡ ਬੜੀ ਓਵਰ ਸਪੀਡ ਨਾਲ ਬੱਸ ਚੱਲ ਰਹੀ ਹੈ ਜਿਹਨੂੰ ਕਵਰਿੰਗ ਕਰਨਾ ਵੀ ਬੜਾ ਔਖਾ ਹੋਇਆ ਹੈ। ਇਹਦਾ ਅਸੀਂ ਸਕੂਟਰ 'ਤੇ ਪਿੱਛਾ ਵੀ ਨਹੀਂ ਕਰ ਸਕਦੇ ਕਰ ਰਹੇ ਇੰਨੀ ਸਪੀਡ ਨਾਲ ਇਹ ਜਿਹੜੀ ਬੱਸ ਜਾਂਦੀ ਹੈ ਇਹਦਾ ਕਿਸੇ ਵੇਲੇ ਵੀ ਜਿਹੜਾ ਹਾਦਸਾ ਵਾਪਰ ਸਕਦਾ ਹੈ। ਅਤੇ ਇਹਦੀ 80 ਦੀ ਕਿੰਨੀ ਸਪੀਡ ਹੋਊਗੀ ਜੇ ਇਹ ਹਾਦਸਾ ਵਾਪਰ ਗਿਆ ਦੁਰਘਟਨਾ ਹੋ ਗਈ ਅਤੇ ਇਹਦਾ ਜਿਹੜਾ ਜ਼ਿੰਮੇਵਾਰ ਹੈ ਜ਼ਿਲ੍ਹਾ ਟਰਾਂਸਪੋਰਟ ਅਫਸਰ ਹੁਸ਼ਿਆਰਪੁਰ ਅਤੇ ਵਿਧਾਇਕ ਜਿਹੜਾ ਉਹ ਜ਼ਿੰਮੇਵਾਰ ਹੋਣਗੇ। ਅਤੇ ਇਸ ਲਈ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਹ ਜਿਹੜੇ ਸਟੂਡੈਂਟ ਸਕੂਲ ਨੂੰ ਜਾਂਦੇ ਨੇ ਇਹਨਾਂ ਦੇ ਲਈ ਇਸ ਟਾਈਮ 'ਤੇ ਜਿਹੜੀ ਹੈ ਸਰਕਾਰੀ ਬੱਸ ਲਗਾਈ ਜਾਵੇ। ਇਹ ਬੱਸ ਦੀ ਜਿਹੜੀ ਓਵਰਲੋਡ ਬੜੀ ਓਵਰ ਸਪੀਡ ਨਾਲ ਬੱਸ ਚੱਲ ਰਹੀ ਹੈ ਜਿਹਨੂੰ ਕਵਰਿੰਗ ਕਰਨਾ ਵੀ ਬੜਾ ਔਖਾ ਹੋਇਆ ਹੈ। ਇਹਦਾ ਅਸੀਂ ਸਕੂਟਰ 'ਤੇ ਪਿੱਛਾ ਵੀ ਨਹੀਂ ਕਰ ਸਕਦੇ ਕਰ ਰਹੇ ਇੰਨੀ ਸਪੀਡ ਨਾਲ ਇਹ ਜਿਹੜੀ ਬੱਸ ਜਾਂਦੀ ਹੈ ਇਹਦਾ ਕਿਸੇ ਵੇਲੇ ਵੀ ਜਿਹੜਾ ਹਾਦਸਾ ਵਾਪਰ ਸਕਦਾ ਹੈ। ਅਤੇ ਇਹਦੀ 80 ਦੀ ਕਿੰਨੀ ਸਪੀਡ ਹੋਊਗੀ ਜੇ ਇਹ ਹਾਦਸਾ ਵਾਪਰ ਗਿਆ ਦੁਰਘਟਨਾ ਹੋ ਗਈ ਅਤੇ ਇਹਦਾ ਜਿਹੜਾ ਜ਼ਿੰਮੇਵਾਰ ਹੈ ਜ਼ਿਲ੍ਹਾ ਟਰਾਂਸਪੋਰਟ ਅਫਸਰ ਹੁਸ਼ਿਆਰਪੁਰ ਅਤੇ ਵਿਧਾਇਕ ਜਿਹੜਾ ਉਹ ਜ਼ਿੰਮੇਵਾਰ ਹੋਣਗੇ। ਅਤੇ ਇਸ ਲਈ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਹ ਜਿਹੜੇ ਸਟੂਡੈਂਟ ਸਕੂਲ ਨੂੰ ਜਾਂਦੇ ਨੇ ਇਹਨਾਂ ਦੇ ਲਈ